ਹਾਂਜੀ ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਨਾਲ ਕਰੇ ਸਰਦਾਰ ਵਲੌਗਸ 'ਤੇ। ਹੁਣ ਆਪਾਂ ਆਏ ਹੋਏ ਸੀਗੇ ਸਟੇਡੀਅਮ 'ਚ ਆਪਣੇ, ਬਟ ਆਪਾਂ ਜਾ ਤਾਂ ਖੇਤ ਨੂੰ ਰਹੇ ਸੀ ਇੱਧਰੋਂ। ਹੁਣ ਆਪਾਂ ਉਰੇ ਬਸ ਇੱਕ ਵਲੌਗ ਦੀ ਸਟਾਰਟਿੰਗ ਕਰਨ ਨੂੰ ਖੜੇ ਸੀ, ਅਤੇ ਆਹ ਦੇਖੋ ਆਹ ਉਰੇ ਆਹ ਬਹਿ ਗਿਆ ਆ ਕੇ ਉਰੇ। ਚਾਹੇ ਉਰੇ ਝੂਲੇ ਲੱਗੇ ਨਹੀਂ ਹੋਏ ਤਾਂ ਵੀ ਝੂਲਿਆਂ ਵਾਲੀ ਫੀਲਿੰਗ ਲਈ ਜਾਂਦਾ ਉਰੇ ਬਹਿ ਕੇ। ਆਹ ਸਕੂਟਰੀ ਚਲਾਉਣ ਨੂੰ ਮੰਗ ਰਹੇ ਬਟ ਇਹਨੂੰ ਮਿਲਣੀ ਨਹੀਂ। ਚਲੋ ਆਪਾਂ ਚੱਲਦੇ ਹਾਂ ਹੁਣ ਖੇਤ ਨੂੰ। ਉਤਰੇ ਆ ਹੁਣ ਆ ਗਿਆ ਪਿੱਛੇ ਹੋਏ। ਇੱਕ ਤਾਂ ਇਹਨੂੰ ਨਾ ਸਕੂਟਰੀ ਚਲਾਉਣ ਦੀ ਅੱਛ ਵੀ ਲੱਗੀ ਰਹਿੰਦੀ ਆ ਮੈਂ ਸਕੂਟਰੀ ਚਲਾਵਾਂ, ਅਤੇ ਆਪਾਂ ਪਹਿਲਾਂ ਊਈ ਸਾਡੇ ਖੇਤ ਆਪਾਂ ਘੁੰਮਣ ਜਾ ਰਹੇ ਹਾਂ, ਅਤੇ ਉਦੋਂ ਬਾਅਦ ਆਪਾਂ ਉਹ ਖੜ ਗਿਆ ਉੱਥੇ ਲੁਕ ਕੇ ਦੇਖ ਲਓ ਕਹਿੰਦੇ ਪਿੱਛੇ। ਅਤੇ ਹੁਣ ਆਪਾਂ ਫਿਰ ਆਪਾਂ ਆ ਕੇ ਸਕੂਟਰ 'ਤੇ ਪੇਂਟ ਕਰ ਦਿਆਂਗੇ ਹੈ ਨਾ, ਜਿੱਥੇ ਜਿੱਥੇ ਯਾਰ ਲੱਗੀ ਹੋਈ ਸੀ। ਅਤੇ ਉਦੋਂ ਬਾਅਦ ਆਪਾਂ ਨੇ ਜਾਣਾ ਭਵਾਨੀਗੜ੍ਹ ਵੀ ਜਾਣਾ, ਆਪਾਂ ਨੇ ਅੱਜ ਟੇਪ ਹੁਣ ਗਾਈ ਆਪਾਂ ਅੱਗੇ ਆਪਣੇ ਸਕੂਟਰੀ ਕੱਢਣ ਲੱਗੇ। ਇੱਕ ਤਾਂ ਅਸੀਂ ਰਿਸਕ ਲੈ ਲਿਆ ਆ ਕੇ, ਸਾਨੂੰ ਪਹਿਲਾਂ ਵੀ ਘਰੋਂ ਇਹ ਚੇਤਾਵਨੀ ਆਈ ਸੀ ਵੀ ਤੁਸੀਂ ਨਾ ਜਾਇਓ ਖੇਤ, ਉੱਥੇ ਪਾਣੀ ਪੂਣੀ ਹੋਣਾ। ਪਰ ਚਲੋ ਹੁਣ ਆਪਾਂ ਸਿਰਿਆ ਖੇਤੀ ਦੇ ਕੰਮ ਕਰਦੇ। ਯਾਰੀ ਜੀ ਬਾਈ ਬਾਬਾ ਰਹੀ ਆ, ਹੁਣ ਆਪਾਂ ਸਾਨੂੰ ਸਿੱਧਾ ਉੱਥੇ ਜਾ ਕੇ ਮਿਲਦੇ ਹਾਂ। ਗਾਈ ਦਾ ਲਿਬੜ ਚੁੱਕਿਆ ਹੈਗਾ ਪੂਰਾ, ਡਿੱਗ ਗਿਆ ਸੀ ਇਹ, ਅਤੇ ਇਹਨਾਂ ਬਹੁਤ ਮਾੜੀ ਬਣੀ। ਹੁਣ ਆਪਾਂ ਉਰੇ ਖੜ੍ਹੇ ਸੀ ਆ ਕੇ, ਅਤੇ ਆਪਣੀ ਸਕੂਟਰੀ 'ਤੇ ਵੀ ਮਨੋ ਮਨ ਖਿੱਚੜ ਪੈ ਗਿਆ ਗਾ, ਆਪਣੀ ਮੋਟਰ 'ਤੇ ਜਾ ਕੇ ਧੋਣੇ ਆ। ਚੱਲ ਕੋਈ ਨਾ ਕੋਈ ਚੱਕਰ ਨਹੀਂ, ਇੰਨਾ ਕੁ ਹੁੰਦਾ ਰਹਿੰਦਾ, ਕੋਈ ਚੱਕਰ ਤਾਂ ਨਹੀਂ। ਕਲਿੱਪ ਕੱਟ ਦੇ ਫਿਰ, ਕੋਈ ਚੱਕਰ ਨਹੀਂ। ਇਹ ਕਹਿੰਦਾ ਵੀ ਕਲਿੱਪ ਕੱਟੋ, ਆਪਾਂ ਨੇ ਕੱਟਣੀ, ਅਤੇ ਇਹ ਆਪਣਾ ਕੰਡੈਂਟ ਆ, ਇਹ ਆਪਣਾ ਸਿੱਧਾ ਪਾਊਗਾ, ਅਤੇ ਆਪਾਂ ਉਸਨੂੰ ਸਿੱਧਾ ਮੋਟਰ 'ਤੇ ਜਾ ਕੇ।